ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਥਾਣਾ ਗੁਰਾਇਆਂ ਦੀ ਪੁਲਿਸ ਨੇ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਹਰਵਿੰਦਰ ਸਿੰਘ ਉਰਫ ਜੀਤਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਜੱਜਾ ਕਲਾਂ ਅਤੇ ਬਲਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਸੰਤ ਨਗਰ ਥਾਣਾ ਫਿਲੌਰ ਵਜੋਂ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ DSP ਫਿਲੌਰ ਜਗਦੀਸ਼ ਰਾਜ ਨੇ ਦੱਸਿਆ ਕਿ 21 ਜਨਵਰੀ 2023 ਨੂੰ ਮਨਜ਼ੂਰਾ ਪਤਨੀ ਹਮੀਦ ਮੁਹੰਮਦ ਵਾਸੀ ਪਿੰਡ ਜੱਜਾ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਿਤੀ 11 ਜਨਵਰੀ 2023 ਨੂੰ ਉਸਦੇ ਗੁਆਂਢ ਵਿੱਚ ਰਹਿੰਦੇ ਹਰਵਿੰਦਰ ਸਿੰਘ ਨੇ ਉਸਦੇ ਘਰੋਂ ਗੈਸ ਸਿਲੰਡਰ ਚੋਰੀ ਕੀਤਾ ਹੈ, ਜਿਸ ਉੱਪਰ ਕਾਰਵਾਈ ਕਰਦੇ ਹੋਏ ਦੌਰਾਨ ਤਫਤੀਸ਼ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਉਸ ਪਾਸੋਂ ਚੋਰੀ ਕੀਤਾ ਗਿਆ ਗੈਸ ਸਿਲੰਡਰ ਵੀ ਬਰਾਮਦ ਕਰ ਲਿਆ ਗਿਆ ਹੈ। ਜਦਕਿ ਇਸੇ ਹੀ ਤਰ੍ਹਾਂ 22 ਜਨਵਰੀ 2023 ਨੂੰ ਬੜਾ ਪਿੰਡ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਜਦੋਂ ਆਪਣੇ ਪਤੀ ਨਾਲ ਮੋਟਰਸਾਈਕਲ 'ਤੇ ਜਾ ਰਹੀ ਸੀ ਤਾਂ ਰੁੜਕਾ ਕਲਾਂ ਦੇ ਬਿਜਲੀ ਘਰ ਕੋਲ ਪਿੱਛੋਂ ਮੋਟਰਸਾਈਕਲ 'ਤੇ ਆਏ ਦੋ ਨੌਜਵਾਨਾਂ 'ਚੋਂ ਪਿੱਛੇ ਬੈਠੇ ਨੌਜਵਾਨ ਨੇ ਉਸਦੇ ਕੋਲੋਂ ਮੋਬਾਈਲ ਫੋਨ ਅਤੇ ਨਕਦੀ ਖੋਹ ਲਈ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਇਸ ਵਾਰਦਾਤ ਵਿੱਚ ਸ਼ਾਮਿਲ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਉਸ ਪਾਸੋਂ ਮੋਬਾਈਲ ਫੋਨ, ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ। DSP ਜਗਦੀਸ਼ ਰਾਜ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਹੋਰ ਵੀ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ। ਹਾਂਜੀ, ਥਾਣਾ ਗੁਰਾਲਾ ਦੇ ਏਰੀਏ ਵਿੱਚ ਵੱਖ ਵੱਖ ਨਾਕੇ 'ਤੇ ਪੈਟਰੋਲਿੰਗ ਲੱਗਦੀਆਂ ਹਨ। ਅਫਸਰ ਅੰਬਾਲਾ ਦੀ ਹਦਾਇਤ ਮੁਤਾਬਕ ਜੋ ਕਿ ਦੌਰਾਨੇ ਪੜਤਾਲ 'ਤੇ ਨਾਕਾਬੰਦੀਆਂ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 8 ਦਰਜ ਕੀਤਾ ਹੈ, ਜੋ ਅੰਡਰ ਸੈਕਸ਼ਨ 454 380 411 APC ਦਰਜ ਕਰ ਕੀਤਾ ਹੈ, ਜਿਸ ਵਿੱਚ ਇਹ ਦੋਸ਼ੀ ਨੇ ਇੱਕ ਨੇ ਜੱਜਾ ਕਲਾਂ ਪਿੰਡ ਵਿੱਚ ਘਰ ਵਿੱਚ ਹੀ ਚੋਰੀ ਕੀਤੀ ਸੀ, ਜੋ ਸਿਲੰਡਰ ਵਗੈਰਾ ਚੋਰੀ ਕੀਤੇ ਸੀ ਉਹ ਬਰਾਮਦ ਕੀਤੇ ਗਏ ਹਨ। ਇਹ ਦੋਸ਼ੀ ਹਰਵਿੰਦਰ ਸਿੰਘ ਜੀਤਾ ਪੁੱਤਰ ਅਮਰਜੀਤ ਸਿੰਘ ਵਾਸੀ ਜੱਜਾ ਕਲਾਂ ਨੂੰ ਗ੍ਰਿਫਤਾਰ ਕੀਤਾ ਹੈ, ਅਤੇ ਇਸ ਤਰ੍ਹਾਂ ਹੀ ਇੱਕ ਹੋਰ ਦੋਸ਼ੀ ਬਲਜੀਤ ਸਿੰਘ ਥਾਣਾ ਸਰਬਜੀਤ ਸਿੰਘ ਸੰਤ ਨਗਰ ਬਠਿੰਡਾ ਥਾਣਾ ਫਿਲੌਰ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਦੀ ਹਿਸਾਬ 'ਚ ਦੋਨੋਂ ਦੋਸ਼ੀ ਰਲ ਕੇ ਜੋ ਕਿ ਲੁੱਟ ਖੋਹ ਦੀ ਸੰਗਠਨ ਸੀ ਵਿੱਚ ਬੜਾ ਪਿੰਡ ਦੀ ਔਰਤ ਤੋਂ ਪਰਸ ਅਤੇ ਜੋ ਕਿ ਉਸਦਾ ਮੋਬਾਈਲ ਖੋਇਆ ਸੀਗਾ ਉਹ ਵੀ ਬਰਾਮਦ ਕੀਤਾ ਹੈ। ਇਸ ਸੰਬੰਧ ਵਿੱਚ ਮੁਕੱਦਮਾ ਨੰਬਰ 9 379 IPC ਦਰਜ ਕੀਤਾ ਗਿਆ ਹੈ। ਦੋਨੋਂ ਦੋਸ਼ੀ ਪੁਲਿਸ ਦੀ ਗ੍ਰਿਫਤ ਵਿੱਚ ਹਨ, ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਹਨਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਵੀ ਇਹਨਾਂ ਦੇ ਕਾਫੀ ਇਨਸਾਫ ਜੋ ਥਾਣਾ ਗੁਰਾਇਆਂ ਦੇ ਏਰੀਏ ਵਿੱਚ ਕੋਈ ਲੁੱਟ ਖੋਹ ਦੀ ਵਾਰਦਾਤ ਹੈ ਉਹ ਟਰੇਸ ਹੋਣ ਦੀ ਸੰਭਾਵਨਾ ਹੈ।